15-20 साल हो गए काम कर दिया जी। मतलब लोग छड़ गए ने काम तुसी हाँ जी, अपना काम जारी रखा। मिल दियो मिल सू चूरे का मुल भी नहीं देंगे। चूरा को कमा ले जाते 400 मान, चूरा बेचते ने 1000 रुपये मान जो होंगे चूरा आता। जी रस निकलते हैं कि रस फ्री दी उन्होंने, जी चीनी फ्री है, जिन्ना खर्चा आता उ मिलते वह सारा चूरा चाहता है। बत्ती का बिल मजदूरी सारी चूरा चाहता है, बाकी सब मुनाफा, बाकी सब मुनाफा चीनी जी सारी मुनाफे दी उन्होंने। भी 1000 रुपये चूरा बेचते 25 निकलते, 25,000 रुपये मान बेचते हैं गए, गत्ते देंगे ने गए। साढ़े को 400 मान गन्ना लेंदे ने, 1000 रुपये मान पच्ची बेचते हैं गए, मैल बेचते हैं गए, बकाया जेड़ा कोई निकल चीनी सारी फ्री दी उन्होंने, जिन्ना खर्चा चूरा पूरा करता उन्होंने। ਐ ਫਿਰ ਆਪਣੇ ਆਪਣਾ ਡੇਰੇ ਦੇ ਉੱਤੇ ਆਪਣਾ ਸੈਟਅਪ ਲਾ ਕੇ ਚੂਰਾ ਵਿਕਦਾ ਫਿਰ ਤੁਹਾਡਾ? ਨਹੀਂ ਚੂਰਾ ਸਾਡਾ ਬਾਲ। ਵਾਲੇਕਮ ਸਲਾਮ ਜੀ। ਅਦਨ ਮੈਂ ਅੱਜ ਫਿਰ ਮੌਜੂਦ ਹਾਂ ਯਹਾਂ ਪੇ ਔਰ ਆਪਕੋ ਦਿਖਾਇਆ ਕਿਸ ਤਰ੍ਹਾਂ ਇਹ ਸੈਟ ਲੱਗਤਾ ਹੈ ਔਰ ਉਸਕੇ ਬਾਅਦ ਰੋ ਨਿਕਲਤੀ ਦਿਖਾਈ ਹੈ। ਹਾਂ ਜੀ। ਤੋ ਸਰ ਕੀ ਪ੍ਰੋਸੀਜਰ ਹੁੰਦਾ ਹੈ? ਮਤਲਬ ਅਭੀ ਸੀਜ਼ਨ ਆ ਚੁੱਕਾ ਹੈ ਗੰਨੇ ਦਾ। ਹਾਂ ਜੀ ਸੀਜ਼ਨ ਆ ਗਿਆ ਗੰਨੇ ਦਾ, ਹੁਣ ਗੁੜ ਬਣਨਾ, ਕਮਾਂ ਛਿਲਣੇ ਨੇ, ਗੁੜ ਬਣਨੇ ਨੇ, ਮੰਡੀ ਲਿਜਾਣੇ ਨੇ। ਸਹੀ ਹੈ। ਅੱਛਾ ਕਾਰੋਬਾਰ ਹੈ ਮਾਸ਼ਾਅੱਲਾ। ਹਾਂ ਜੀ ਮਾਸ਼ਾਅੱਲਾ ਅੱਛਾ ਕਾਰੋਬਾਰ ਹੈ। बहुत पहले ये लोग अक्सर अपने डेरों पे ये किया करते थे, माशाल्लाह आपने बड़ा यूनिक रखा हुआ, आप अपने डेरे पे ये कर रहे हैं। हाँ जी। कब से कर रहे हैं ये? 15-20 साल हो गए काम कर रहे हैं। मतलब लोग छड़ गए ने काम, तुसी हजे अपना काम जारी रखा? मिल दियो ते मिल सानू चूरे दा मुल भी नहीं देंदे। साडे को कमा ले जांदे ने 400 मान, चूरा बेचते ने 1000 रुपये मान जो होंगे चूरा आता। जी रस निकलते हैं कि वह रस फ्री दी उन्होंने, जी चीनी फ्री है, जिन्ना खर्चा आता उ मिलते वह सारा चूरा चाहता है। बत्ती का बिल मजदूरी सारी चूरा चाहता है, बाकी सब मुनाफा, बाकी सब मुनाफा चीनी जी सारी मुनाफे दी उन्होंने। भी 1000 रुपये चूरा बेचते 25 निकलते, 25,000 रुपये मान बेचते हैं गए, गत्ते देंगे ने गए। साढ़े को 400 मान गन्ना लेंदे ने, 1000 रुपये मान 25 बेचते हैं गए, मैल बेचते हैं गए, बकाया जेड़ा कोई निकल चीनी सारी फ्री दी उन्होंने, जिन्ना खर्चा चूरा पूरा करता उन्होंने। ਐ ਫਿਰ ਆਪਣੇ ਆਪਣਾ ਡੇਰੇ ਦੇ ਉੱਤੇ ਆਪਣਾ ਸੈਟਅਪ ਲਾ ਕੇ ਚੂਰਾ ਵਿਕਦਾ ਹੈ ਫਿਰ ਤੁਹਾਡਾ? ਨਹੀਂ ਚੂਰਾ ਸਾਡਾ ਬਾਲਣ ਦੇ ਇਸਤੇਮਾਲ ਹੁੰਦਾ ਹੈ ਨਾ। ਆਪ ਖੁਦ ਬਾਲਦੇ ਹੋ? ਹਾਂਜੀ ਆਪ ਖੁਦ। ਉਹੀ ਸੁਕਾ ਕੇ ਉੱਥੇ ਬਾਲੀ ਜਾਂਦੇ? ਉੱਥੇ ਬਾਲੇ ਜਾਂਦੇ ਆ ਇਹਨੂੰ। ਸਹੀ ਹੈ। ਅੱਗੇ ਮੁਝੇ ਆਕੇ ਦਿਖਾਏ ਕਿ ਰੋ ਨਿਕਲਣੇ ਕੇ ਬਾਅਦ ਕਹਾਂ ਜਾਂਦੀ ਹੈ ਅੱਗੇ? ਹਾਂ ਬੇਲਣੇ ਦੀ ਰੋ ਨਿਕਲਦੀ ਇਸ ਬੇਲਣੇ ਤੋਂ ਜੀ। ਸਹੀ ਹੋ ਗਿਆ। ਫਿਰ ਜਾਂਦੀ ਹੈ ਕੜਾਹੇ ਤੇ। ਸਹੀ ਹੈ। ਆ ਪਿੱਛੇ ਕੜਾਹੀ ਲੱਗੀ ਹੈ, ਕੜਾਹੀ ਤੇ ਪਾਵੀ ਦੀ ਹੈ, ਇੱਥੇ ਗਰਮ ਹੁੰਦੀ ਹੈ, ਪਿਛਲੀ ਅਗਲੀ ਪੱਤ ਨਿਕਲ ਜਾਂਦੀ ਹੈ ਤੇ ਪਿਛਲੀ ਪੱਤ ਉਹਦਾ ਆਦੀ ਤਿਆਰ ਹੋ ਜਾਂਦੀ ਹੈ। ਇੱਥੇ ਅੱਗ ਬਲਦੀ ਹੈ ਥੱਲੇ? ਹਾਂਜੀ ਉਹ ਥੱਲੇ ਅੱਗ ਬਲਦੀ ਹੈ ਤੇ ਇੱਥੇ ਜਿਹੜਾ ਨਾ ਸਾਰੀ ਪੱਤ ਉੱਤੇ ਪਰੇ ਗੁੜ ਬਣਦਾ, ਇੱਥੇ ਰੋ ਪੈਂਦੀ ਹੈਗੀ, ਇੱਥੇ ਅੱਧੀ ਪਕਾ ਕੇ ਪਿਛਲੀ ਕੜਾਹੀ ਛੇਤੀ ਜਲਦੀ ਤਿਆਰ ਹੋ ਜਾਂਦੀ, 35-40 ਮਿੰਟਾਂ 'ਚ ਪੱਤ ਤਿਆਰ ਹੋ ਜਾਂਦੀ ਹੈਗੀ। ਤਿਆਰੀ ਦਾ ਜਿਹੜਾ 20-25 ਹਜ਼ਾਰ ਦਾ ਗੁੜ ਜਿਹੜਾ ਅਸੀਂ ਕੱਢਣਾ ਡੇਲੀ ਦਾ, ਡੇਲੀ ਦਾ 20-25 ਹਜ਼ਾਰ ਦਾ ਗੁੜ ਕੱਢਣਾ ਅਸੀਂ ਅਤੇ ਉਹ ਫਿਰ ਮੰਡੀ ਲਿਜਾ, ਮੰਡੀ ਵੇਚਦੇ ਵੀ ਜਾ ਕੇ। ਗੁੜ ਕੀ ਰੇਟ ਵਿਕਦਾ? ਗੁੜ ਵਿਕਦਾ ਹੈਗਾ 5-55 ਸੌ ਤੋਂ ਲਾ ਕੇ 7600 ਤੱਕ। ਸਹੀ ਹੈ। ਮਾੜੇ ਤੋਂ ਮਾੜਾ 5600 ਨੂੰ, ਚੰਗਾ ਜਿਹੜਾ 7600 ਨੂੰ, 8000 ਨੂੰ। ਇੱਕ ਆਮ ਜਿਹੜੇ ਲੋਕ ਜਿਹੜੇ ਜ਼ਿਮੀਂਦਾਰ ਨੇ, ਮਤਲਬ ਜਿਨ੍ਹਾਂ ਨੇ ਇਹ ਛੱਡ ਦਿੱਤਾ ਕੰਮ, ਬਿੱਲਾਂ ਨੂੰ ਵੇਚਣ ਲੱਗ ਪਏ ਨੇ, ਅਗਰ ਉਹ ਆਪਣਾ ਸੈੱਟ ਲਾਉਣ ਇਸ ਤਰ੍ਹਾਂ, ਹਾਂਜੀ, ਤੇ ਕਿੰਨਾ ਖਰਚਾ ਹੁੰਦਾ ਸੈੱਟ ਦਾ? ਖਰਚਾ ਹੁੰਦਾ ਜੀ 2 ਲੱਖ ਰੁਪਇਆ ਖਰਚਾ ਹੁੰਦਾ ਇਹਦੇ ਤੇ। 2 ਲੱਖ ਦਾ ਪੂਰਾ ਸੈੱਟ ਲੱਗ ਜਾਂਦਾ? ਪੂਰਾ ਸੈੱਟ ਲੱਗਦਾ ਹੈਗਾ, ਪੀਟਰ ਇੰਜਣ ਤੇ ਲੱਗਦਾ ਹੈ, ਟਰੈਕਟਰ ਦਾ, ਟਰੈਕਟਰ ਮਹਿੰਗਾ ਹੈ ਨਾ, ਪੀਟਰ ਇੰਜਣ ਤੇ ਲਾ 2 ਲੱਖ ਦੇ ਸੈੱਟ ਤੇ ਚੱਲਦਾ ਹੈ, 2 ਲੱਖ ਚੱਲ ਜਾਂਦਾ। ਤੇ ਇੱਥੇ ਮਜ਼ਦੂਰ ਵੀ ਚਾਹੀਦੇ ਹੁੰਦੇ? ਮਜ਼ਦੂਰ ਨਹੀਂ ਚਾਹੀਦੇ, ਆਪ ਹੀ ਜ਼ਿਮੀਂਦਾਰੀ ਮਜ਼ਦੂਰ ਨੇ, ਇੱਕ ਨਾਲ ਮਜ਼ਦੂਰ ਰੱਖਣਾ ਪੈਂਦਾ, ਚੌਕਾ ਜਿਹੜਾ ਅੱਗ ਚੌਕਾ ਨਾਲ ਆਉਂਦਾ ਹੈ, ਉਹਨੂੰ ਮਣ ਦਾ 3 ਕਿਲੋ ਗੁੜ ਦੇਵੀਦਾ ਹੈ, ਮਣ ਦਾ 3 ਕਿਲੋ, 3 ਕਿਲੋ ਉਹਦੀ ਦਿਹਾੜੀ ਮਾਸ਼ਾਅੱਲਾ ਚੰਗੀ ਬਣਦੀ। 4 ਮਣ ਗੁੜ ਕੱਢੋ ਤੇ 12 ਕਿਲੋ ਗੁੜ ਹੁੰਦਾ, 4 ਮਣ ਗੁੜ ਕੇ 4-12 ਕਿਲੋ ਗੁੜ ਹੁੰਦਾ ਉਹਨੂੰ, ਉਹ 200 ਹਿਸਾਬ ਨਾਲ 2400 ਦਾ ਬਣਦਾ, ਉਹਦੀ ਦਿਹਾੜੀ ਵੀ ਸਹੀ ਲੱਗਦੀ ਹੈ। ਸਹੀ ਉਹਦੀ ਦਿਹਾੜੀ ਵੀ 2400-2500 ਰੁਪਇਆ ਦਿਹਾੜੀ, ਉਹਦੀ ਮਜ਼ਦੂਰ ਦੀ ਵੀ ਲੱਗਦੀ ਹੈਗੀ, ਅਤੇ ਜ਼ਿਮੀਂਦਾਰ ਨੂੰ ਮੁਨਾਫਾ ਹੈਗਾ, ਮਜ਼ਦੂਰ ਨੂੰ ਮੁਨਾਫਾ ਹੈ। ਸਹੀ ਹੋ ਗਿਆ। 10 ਮਣ ਗੁੜ ਜਿਹੜੇ ਦਾ ਹੈ ਉਹ ਸਾਡਾ ਜਾਣਾ ਗੰਨਾ 4000 ਦਾ, 4000 ਛਿਲਾਈ ਪਾਉਣੀ ਹੈਗੀ 10 ਮਣਾਂ ਦੀ, 500 ਰੁਪਇਆ ਛਿਲਾਈ ਪੈ ਜਾਣੀ, 500 ਰੁਪਇਆ ਕਿਰਾਇਆ ਲੱਗ ਜਾਣਾ, 1000 ਰੁਪਇਆ ਗਿਆ, ਫਿਰ 3000 ਹੀ ਬਚਿਆ। ਇੱਥੇ 10 ਮਣ ਗੰਨਾ ਕੱਢਣਾ ਇੱਥੇ ਵੇਲਣੇ 'ਤੇ, ਅਤੇ ਸਾਡਾ 1.25 ਮਣ ਗੁੜ ਨਿਕਲਦਾ ਹੈ, ਅਤੇ 1.25 ਮਣ ਗੁੜ ਸਾਡਾ 8000 ਦਾ ਹੈ, 4000 ਨਾਲ 4000 ਬਚਿਆ। ਅਤੇ ਨਾਜਣੀ ਇਹ ਅੱਜ ਕੀ ਚੀਜ਼ਾਂ ਦਿਖਾਉਣ ਦਾ ਮਕਸਦ ਇਹ ਹੈ ਕਿ ਬਹੁਤ ਪਹਿਲੇ ये एक ट्रेंड था, लोग यूज करते थे ये ही, मतलब जब मिलने नहीं थी। हाँ जी। तो लोग अपने डेरों के ऊपर इसी तरह गुड़ निकालते थे। रेट जेड़ा हैगा वो 5-7 हज़ार 8 हज़ार शक्कर दा गुड़ जेड़ा रेट है वो 12-11 हज़ार रुपया शक्कर दा रेट है। देसी चीनी भी इसी तरह बनाया करते थे? इसी तरह बनाते थे देसी चीनी। तो लोग देसी चीनी भी बनाते थे, ये सारा कुछ बनाते थे, और आज मिल्स इतनी ज्यादा हो चुकी हैं कि मिल मालकान अरबों रुपये कमा रहे हैं
और हमारे जो लोग हैं इतने वो सुस्त हो चुके हैं, काहिल हो चुके हैं कि वो मेहनत करना नहीं जानते या मेहनत करना नहीं चाहते। तो इस वजह से आज हम लोग जितने भी जिम्मेदार हैं ना वो रो रहे होते हैं बैठ के कि यार हमें बचत कुछ नहीं हो रही, क्या नहीं हो रहा। तो मतलब तुसी तो फिर मुतमैन रहते होंगे हो माशाल्लाह। मुतमैन जी कितनी जमीन जी अपनी? जमीन ठेके दे ली अपनी, नहीं जमीन ठेके दे ली 15 पैलियां थी। सही हो गया। ठेके लेके अपनी मेहनत करने, मेहनत कर कारोबार करने, जिम्मेदार चौधरी बड़े जिम्मेदार आप हाथी काम नहीं करते, मजदूरों तो सारा काम कराते ने। तो ये है जी कहानी कि आप वो कहते हैं ना पंजाबी की कहावत है, जिन्ना गुड़ पाओ उन्ना मिठा। तो गल ए वे कि जिनी मेहनत करो उन्ना फल भी लभद। तो आपको ये चीज़ डिफरेंट चीज़ थी, एक गाँव की देहात का माहौल हमने आज दिखाया और बड़ा अरसा पहले ये हुआ करता था, आज भी कुछ लोग मतलब ये आपके बाप दादा ये करते हाँ जी थे। करते जिम्मेदार थे दादा, सब लोग ये करते थे। तो आपने इस जो ना वो रीत को जारी रखा, जारी रखा है। साडा बाप दादा यही काम करता, जिमीदार खरा बिलादरी तला के साडा असी अपने अपनी जमीन थोड़ी ठेके हिस्से से लैके अपनी वाह के अपनी मजदूरी कर रोटी खान डे, रब रोटी थोड़ी देन डे। तो ये है जी माशाल्लाह इज़्ज़त की रोज़ी कमा रहे हैं और अच्छा काम कर रहे हैं और अच्छे काम को प्रमोट करना चाहिए, इसलिए आज हमने इनकी स्टोरी आपके साथ शेयर की है। वीडियो कैसी लगी अपनी राय का इजहार कमेंट बॉक्स में जरूर कीजिएगा। मिलेंगे चला नई स्टोरी के साथ, तब तक के लिए अपना ख्याल रखिए। अल्लाह के बाद।